ਜਿਹੜੇ ਅਸੀਂ ਕੱਲ੍ਹ ਕਰੇਲੇ ਲੈ ਕੇ ਆਏ ਸੀ, ਕੱਲ੍ਹ ਤਾਂ ਟਿੰਡੇ ਬਣਾ ਲਏ ਸੀ, ਲੇਕਿਨ ਕਰੇਲੇ ਅੰਮੀ ਜੀ ਉਹਨਾਂ ਨੂੰ ਬਾਬੇ ਨੇ ਫਰਿੱਜ ਰੱਖ ਲਏ ਸੀ ਸ਼ਾਪਰ ਦੇ ਵਿੱਚ ਹੀ, ਅਤੇ ਕਰੇਲੇ ਹੁਣ ਲੇਕਿਨ ਆ ਗਏ ਫਰੈਸ਼, ਲੇਕਿਨ ਆ ਗਏ ਕੱਲ੍ਹ ਆ ਰਹੇ, ਕਿਉਂਕਿ ਲੇਕਿਨ ਫਿਰ ਹਾਂਜੀ ਕਿਉਂਕਿ ਵਾੜੀ 'ਤੇ ਅਸੀਂ ਕੱਲ੍ਹ ਤੋੜੇ ਸੀ ਮੇਰੇ ਸਾਹਮਣੇ, ਉਹਨਾਂ ਨੇ ਇੱਕ ਦਿਨ ਮੰਗਿਆ ਸੀ ਉਦੋਂ ਹੀ, ਅਤੇ ਉਦੋਂ ਹੀ ਮੈਂ ਲਿਆ, ਲੇਕਿਨ ਅਜੇ ਤੱਕ ਮਰਜਾਏ ਮਿਲਦੀ ਕੋਲ ਨਹੀਂ ਹੈਗੇ, ਵੈਸੇ ਵੀ ਹਾਰਡ ਕਰੇਲੇ ਆ ਅਜੇ ਤੱਕ ਤਾਂ। ਹੁਣ ਇਸ ਤਰ੍ਹਾਂ ਕਰਦੇ ਹਾਂ ਕਿ ਇਹਨਾਂ ਦੇ ਸਭ ਤੋਂ ਪਹਿਲਾਂ ਇਹਨਾਂ ਦਾ ਛਿਲਕਾ ਉਤਾਰਦੇ ਹਾਂ, ਛਿਲਕਾ ਉਤਾਰ ਕੇ ਅਤੇ ਵੀ ਭਰ ਕੇ ਪਕਾਉਣੇ ਨਾ ਆਪਾਂ। ਹਾਂਜੀ ਅਸੀਂ ਅੱਜ ਕਰੇਲੇ ਬਣਾਉਣ ਲੱਗੇ ਹਾਂ ਭਰ ਕੇ, ਅਤੇ ਉਹਦੇ ਵਾਸਤੇ ਅਸੀਂ ਦਲੇ ਚਨੇ ਦੀ ਦਾਲ ਵੀ ਭੇਹ ਕੇ ਰੱਖ ਦਿੱਤੀ, ਭਗੋ ਦਿੱਤੀ ਹੋਈ ਹੈ। ਹਾਂਜੀ ਹਾਰਡ ਆ ਹਾਂਜੀ, ਮੈਂ ਵੀ ਅਸੀਂ ਤਾਂ ਫਿਰ ਵੀ ਛੋਟੇ ਜਿਹੜੇ ਬਾਜ਼ਾਰੋਂ ਲੈ ਕੇ ਆਉਣੇ ਆ ਨਾ ਦੂਸਰੇ, ਉਹ ਜਿਹੜੇ ਸਿੰਧੀ ਕਰੇਲੇ ਉਹ ਬਹੁਤ ਬੜੇ ਹੁੰਦੇ ਆ। ਹਾਂਜੀ ਅਤੇ ਇਹ ਮੁਕਾਮੀ ਆਪਣੇ ਅਤੇ ਬਿਲਕੁਲ ਸੋਹਣੇ ਕਰੇਲੇ ਸੀ, ਹਾਂਜੀ ਸੋਹਣੇ ਭਰੇ ਜਾਂਦੇ, ਲੇਕਿਨ ਇਹਦਾ ਖਾਣੇ ਦਾ ਮਜ਼ਾ ਹੀ ਬੜਾ ਆਉਂਦਾ। ਇੱਕ ਤਾਂ ਜਿਹੜਾ ਬੜਾ ਬੜਾ ਕਰੇਲਾ ਬੰਦੇ ਨੂੰ ਖਾਧਾ ਨਹੀਂ ਜਾਂਦਾ ਹੈਗਾ, ਉਹ ਵੈਸੇ ਖਰਾਬ ਹੋ ਜਾਂਦਾ, ਨਾ ਬੰਦੇ ਨੂੰ ਸਾਰਾ ਖਾਣ ਜੋਗਾ, ਨਾ ਉਹਨੂੰ ਅੱਧਾ ਰੱਖਣ ਜੋਗਾ, ਬੰਦੇ ਨੂੰ ਛੋੜਨ ਜੋਗਾ। ਨਹੀਂ ਟਿੰਡੇ ਮਾਸ਼ਾਲਾ ਬਹੁਤ ਪਿਆਰੇ ਸਾਲਣ ਬਣੇ ਸੀ, ਬਹੁਤ ਹੀ ਮਜ਼ਾ ਆਇਆ ਟਿੰਡੇ ਸਾਲਣ ਖਾਣੇ ਦਾ। ਹਾਂਜੀ ਅਤੇ ਅੱਜ ਕਰੇਲੇ ਆ, ਅੱਲਾਹ ਖੈਰ ਕਰੇ ਵੀ ਮੁਕਾਮੀ ਵੀ ਬਹੁਤ ਪਿਆਰੇ ਬਣਨਗੇ। ਇੱਕ ਦਾ ਟਾਈਮ ਭਾਬੀ 1 ਵਜੇ ਸ਼ੁਰੂ ਹੋ ਗਿਆ, ਮੈਂ ਵੀ ਕਿਤੇ ਆਪਣੇ ਦੋਸਤ ਨਿਕਾਲ ਦੇ ਲੱਗਾ ਸੀ, ਉਹਨਾਂ ਗੱਲ ਕਰਦਾ ਆ, ਅਤੇ ਉਸ ਤੋਂ ਬਾਅਦ ਨੀਂਦ ਪੂਰੀ ਹੋਈ ਕੋਈ ਨਹੀਂ, ਵੈਸੇ ਗੱਪਾਂ ਛੱਪਾਂ ਲੱਗ ਰਹੇ ਦੋਸਤਾਂ ਦੇ ਨਾਲ ਅੱਜ, ਅਤੇ ਵਟਸਐਪ 'ਤੇ। ਅਤੇ ਹੁਣ ਬਾਬਜੀ ਕਹਿੰਦੀ ਤੁਸੀਂ ਵਾਸਤੇ ਗੱਲ ਕਰ ਰਹੇ ਸੀ ਕਿ ਮੈਂ ਕਰੇਲੇ ਦੀ ਵੀਡੀਓ ਬਣਾਉਣੀ ਆ, ਅਤੇ ਮੈਂ ਕਰੇਲੇ ਬਣਨ ਲੱਗੀ ਹਾਂ, ਅਗਰ ਤੁਸੀਂ ਵੀਡੀਓ ਬਣਾਉਣੀ ਤਾਂ ਆ ਜਾਓ। ਮੈਂ ਕਿਹਾ ਬਾਬੀ ਜੀ ਉਹ ਤਾਂ ਪਹਿਲੀ ਗੱਲ ਵੀਡੀਓ ਤਾਂ ਮੈਂ ਪਹਿਲਾਂ ਬਣਾਉਣੀ ਆ, ਕਰੇਲੇ ਨਾ ਖਾਣੇ ਦਾ ਮਜ਼ਾ ਤੇਰੇ ਕੋਲ ਰਹਿੰਦੇ ਹੈਗੇ, ਨਹੀਂ ਤਾਂ ਕਰੇਲੇ ਫਿਰ ਕੋੜੇ ਕੋੜੇ ਹੁੰਦੇ, ਇਹਦਾ ਛਿਲਕਾ ਇੱਕ ਛਿਲਕਾ ਸਾਰਾ ਇੱਦਾਂ ਹੀ ਜ਼ਾਇਆ ਕਰਨਾ ਪੈਂਦਾ ਹੈ, ਅਤੇ ਉਸ ਤੋਂ ਇਲਾਵਾ ਦੂਸਰੀਆਂ ਚੀਜ਼ਾਂ ਮਤਲਬ ਖਾ ਲੈਂਦਾ, ਜਿਹਦੇ ਵਿੱਚ ਦਿਲ ਚਨੇ ਦੀ ਦਾਲ ਹੋ ਗਈ ਆ, ਇਸ 'ਚ ਹੋਰ ਜਿਹੜੀ ਪੰਜੀਰੀ ਵਗੈਰਾ ਜਾਂ ਮਸਾਲੇ ਹੋਣ ਉਹ ਖਾ ਜਾਂਦੇ, ਅਤੇ ਕਰੇਲੇ ਚਿੱਲੜ ਜਿਹੜੀ ਆ ਛਿਲਕਾ ਜਿਹੜਾ ਉਹ ਪਰਦਾ ਵੈਸੇ ਬਚ ਜਾਂਦਾ ਹੈ। ਹਾਂਜੀ ਅਗਰ ਹਾਂਜੀ, ਅਤੇ ਇਸ ਲਈ ਫਿਰ ਕਰੇਲਿਆਂ ਨੂੰ ਕੱਟ ਕੇ ਪਹਿਲਾਂ ਨਮਕ ਕੱਟਣੇ ਕੀ ਇਹਨਾਂ ਨੂੰ, ਇਹਨਾਂ ਦੇ ਉੱਪਰ ਛਿਲਕੇ ਉਤਾਰ ਕੇ ਅਤੇ ਇਹਨਾਂ ਨੂੰ ਇੱਕ ਚੀਰ ਦੇ ਕੇ ਅਤੇ ਨਮਕ ਲਗਾ ਲੈਣਾ ਨਾ ਬਾਬੇ ਜੀ। ਮੇਰਾ ਬੇਟਾ ਕਿਉਂ ਉੱਠ ਪਿਆ, ਸੁੱਤਾ ਹੀ ਨਹੀਂ ਹੈਗਾ, ਮੋਹਿਤ ਸਾਹਿਬ ਪਾਣੀ ਲੈ ਕੇ ਚਾਚੇ ਵਾਸਤੇ, ਆਪਣੇ ਵਾਸਤੇ ਵੀ ਪਾਣੀ ਪੀਓ, ਚਾਚੇ ਵੀ ਪਾਣੀ ਪੀਣ ਵਾਸਤੇ, ਦੋ ਮੇਰਾ ਬੇਟਾ ਸ਼ਾਬਾਸ਼, ਫਿਰ ਅਸੀਂ ਕਰੇਲੇ ਭਰ ਕੇ ਬਣਾਉਣੇ ਆ ਤੈਨੂੰ ਖਾਣੇ ਵਾਸਤੇ ਦੇਵਾਂਗੇ। ਤੂੰ ਵੀ ਨਹੀਂ ਸੁੱਤਾ ਬਹੁਤ, ਕੁਲਫੀਆਂ ਮੰਗਦੀ ਆ, ਕੱਲ ਖੋਇਆ ਖਲਾਇਆ ਖਾ ਦੇ, ਖੋਇਆ ਵੀ ਨੀ ਖਾਦਾ ਹੈਗਾ, ਉਹ ਖੋਇਆ ਕਹਿ ਤਾ ਕੁਲਫਾ ਹੋ ਗਿਆ ਉਹਨੂੰ, ਕੀ ਕਹਿੰਦੇ ਫਲੂਦਾ, ਹਾਂ ਕੱਲ ਇਹਨਾਂ ਨੇ ਫਲੂਦਾ ਮੈਂ ਖਲਾਇਆ, ਉਹ ਵੀ ਨੀ ਚਸਨੇ ਖਾਦਾ, ਦੋਨਾਂ ਭੈਣਾਂ ਬਹਿਣ ਕਹਿੰਦੇ ਸਾਨੂੰ ਮੁਲਤਾਨੀ ਕੁਲਫੀ ਹੋਵੇ ਬਾਬੇ, ਇਹਦੇ ਚ ਲੈ ਕੇ ਆਇਆ ਸੀ ਮੈਂ ਘਰ, ਉਹ ਜਾਂ ਆਈਸ ਕ੍ਰੀਮ ਹੋਵੇ ਕਹਿੰਦੇ ਉਹ ਖਿਲਾ। ਹਾਂਜੀ ਤੇ ਕੁਲਫਾ ਨੀ ਉਹ ਖਾ ਹੁੰਦਾ, ਦੂਸਰਾ ਉਹਨੂੰ ਕੀ ਕਹਿੰਦੇ ਆ ਫਲੂਦਾ, ਹਾਂਜੀ ਫਲੂਦਾ ਨੀ ਖਾਂਦੇ ਇਹ ਚੌਕ ਨਾਲ। ਹਾਂਜੀ ਮੋਹਿਤ ਸਾਹਿਬ ਪਾਣੀ ਦੇ ਦਿਓ ਬੇਟਾ, ਮੇਰਾ ਗਲਾ ਖੁਸ਼ਕ ਹੋ ਗਿਆ, ਮੇਰੇ ਬੇਟਾ ਮੇਰਾ ਬੜਾ ਬੀਬਾ ਬੇਟਾ ਮੈਨੂੰ ਪਾਣੀ ਦਿਆ ਦਿੰਦਾ ਹੈ ਮੋਹਿਤ ਸਾਹਿਬ, ਹੁਣ ਬੜਾ ਬੇਟਾ ਹੋ ਗਿਆ ਨਾ ਕਿਸੇ ਲੱਗ ਜਾਂਦਾ ਹੈ, ਇਹ ਬਹੁਤ ਫ੍ਰੀ ਮੇਰੇ ਤਾਂ ਲੈ ਨਿੱਕੇ ਨਿੱਕੇ ਬਹੁਤ ਨਾ ਖਾ ਗਏ ਨਿੱਕੇ ਨਿੱਕੇ ਸੀ, ਬੜੇ ਕਿਥੋਂ ਆਉਣੇ, ਬੜਿਆਂ ਨੂੰ ਖਾਈ ਨਹੀਂ ਸੀ, ਤੁਸੀਂ ਖਰਾਬ ਕਰ ਦੇ ਮਾਮਾ ਤੁਹਾਨੂੰ ਕੁੱਟਣਾ ਹੈ। ਇਸ ਤਰ੍ਹਾਂ ਵੀ ਛਿਲਕਾ ਜਿਹੜਾ ਤਾਰੀ ਜਾਣਾ ਬਾਬੀ ਜੀ, ਤਾਂ ਵੀ ਸੰਭਾਲੀ ਜਾਂਦੇ ਸੀ, ਮੈਨੂੰ ਲੱਗਦਾ ਵੀ ਇਹ ਚੀਜ਼ ਇਸਤੇਮਾਲ 'ਚ ਆਉਣਗੇ, ਬਣਾਵਾਂਗੇ ਮਸਾਲਾ ਜਿਹਾ। ਹਾਂਜੀ ਇਸ ਨੂੰ ਮਸ਼ੀਨ ਦੇ ਨਾਲ ਵੀ ਜਾਂ ਵੈਸੇ ਕੱਟ ਕੇ, ਕੱਟ ਕੇ ਤੇ ਦੂਸਰਾ ਮਸਾਲਾ ਬਣਾਉਣਾ। ਚਲੋ ਠੀਕ ਹੈ, ਮਸਾਲਾ ਬਣਾਉਣਾ ਕੀ ਬਣਾਉਣਾ ਸੀ, ਨਹੀਂ ਪਤਾ, ਪਜੀਰੀ 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 ਬਣਾਵਾਂਗੇ, ਬੈਸਟ ਬਣਾਵਾਂਗੇ ਨਾ, ਇਸਦਾ ਬੈਸਟ ਬਣਾ ਕੇ ਫਿਰ ਕਰੇਲਾ ਹੀ ਭਰਾਂਗੇ, ਕਰੇਲੇ ਦਾ ਜੂਸ, ਹਾਂ ਕਰੇਲੇ ਦਾ ਜੂਸ ਬੜਾ ਮਜ਼ੇਦਾਰ ਹੁੰਦਾ, ਇਹ ਬਣ ਪੀਣ ਵਾਸਤੇ ਦੇਵਾਂਗੇ, ਇਹ ਬਾਬਾ ਬੇਟਾ ਦਵਾਣੇ ਦਾ ਪਾਣੀ ਪੀ ਰਹੀ ਆ, ਬੁਰੀ ਬਾਤ। ਕਰੇਲੇ ਮੁਕੰਮਲ ਛਿਲਕਾ ਉਤਾਰ ਲਿਆ ਜੇ, ਉਸ ਤੋਂ ਬਾਅਦ ਹੁਣ ਕਰੇਲੇ ਨੂੰ ਛਿਲਕ ਦੇ ਕੇ ਤੇ ਉਹਨਾਂ ਵਿੱਚੋਂ ਉਹਨਾਂ ਦੇ ਬੀਜ ਬਾਹਰ ਨਿਕਾਲ ਰਹੇ ਹਾਂ, ਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਨਮਕ ਲਗਾ ਕੇ ਤੇ ਧੂਪ ਤੇ ਰੱਖ ਦਾਂਗੇ ਨਾ ਬਾਬੀ ਜੀ, ਤੇ ਮੁਕੰਮਲ ਕਰੇਲੇ ਨੂੰ ਬੀਜ ਬਾਹਰ ਨਿਕਾਲ ਲਿਆ,
ਇੱਕ ਕਰੇਲਾ ਵਾਲਾ ਤੋਂ ਖਰਾਬ ਨਿਕਲਿਆ ਮੈਨੂੰ ਲੱਗਦਾ। ਹਾਂ ਇਹ ਤਾਂ ਵੱਡੇ ਵੱਡੇ ਸੁੰਦੇ ਸੀ। ਚਲੋ ਕੋਈ ਨਹੀਂ, ਭਾਬੀ ਇਸ ਤਰ੍ਹਾਂ ਬੜਾ ਕੰਮ ਕੀਤੀ ਹੋਣੀ ਦਾ ਸਾਰਾ ਵਾੜੀ 'ਚ ਅਤੇ ਇਸ ਤਰ੍ਹਾਂ ਵੀ ਇਹਨਾਂ ਦੇ ਇਸ ਅਤੇ ਇਸ ਤਰ੍ਹਾਂ ਕਰੇਲੇ ਨੂੰ ਨਮਕ ਲਗਾ ਲਾਂਗੇ ਅਤੇ ਨਮਕ ਲਗਾ ਕੇ ਅਤੇ ਇਸ ਨੂੰ ਧੁੱਪੇ ਖੁਸ਼ੀ ਖੁਣੇ ਵਾਸਤੇ ਰੱਖ ਦਾਂਗੇ ਤਾਂ ਕਿ ਇਸਦਾ ਪਾਣੀ ਉਸਦਾ ਕੋਲਾ ਪਾਣੀ ਜਿਤਨਾ ਵੀ ਉਸਦਾ ਖਤਮ ਹੋ ਜਾਏਗਾ ਨਮਕ ਦੇ ਨਾਲ। ਅਤੇ ਉਸ ਤੋਂ ਬਾਅਦ ਫਿਰ ਪੈਸ ਬਣਾਉਂਦੇ ਹਾਂ ਅਤੇ ਫਿਰ ਕਰੇਲੇ ਨੂੰ ਭਰਦੇ ਹਾਂ ਅਤੇ ਨਾਲੇ ਫਿਰ ਇਹਨਾਂ ਨੂੰ ਉੱਪਰ ਧਾਗਾ ਹੀ ਭਰਨਾ ਪਏਗਾ ਨਾ ਬੀਬੀ। ਨਮਕ ਲਗਾ ਕੇ ਅੱਧਾ ਘੰਟਾ ਹੋ ਗਿਆ ਧੂਪ ਤੇ ਰੱਖੇ ਹੋਏ ਆ ਤੇ ਹੁਣ ਅਸੀਂ ਦਾਲ ਤੇ ਹੁਣ ਅਸੀਂ ਚਨੇ ਦੀ ਦਾਲ ਬੁਰਕਣੇ ਵਾਸਤੇ ਰੱਖਣ ਲੱਗੇ ਆ। ਤਕਰੀਬਨ ਹੋ ਗਏ 3 ਘੰਟੇ ਹੋ ਰਹੀਆਂ ਭਾਬੀ ਦਾਲ ਆਪਾਂ ਨੂੰ ਭੁਗੋ ਕੇ ਰੱਖੇ ਹੋਏ। ਹਾਂਜੀ ਅਤੇ ਤਕਰੀਬਨ 4-5 ਘੰਟੇ ਹੋ ਗਏ ਭਾਬੀ ਹੁਣ ਦਾਲ ਵੀ ਭੁਗੋ ਕੇ ਰੱਖੀ ਹੋਈ ਆ ਅਤੇ ਦੇਸੀ ਪਾ ਕੇ ਇਹਨੂੰ ਅੱਛੀ ਤਰ੍ਹਾਂ ਬੋਲ ਕਰਨਗੇ ਪਹਿਲਾਂ ਨਾ ਬਾਬੇ ਜੀ ਅਤੇ ਉਸ ਤੋਂ ਬਾਅਦ ਫਿਰ ਇਹ 'ਚ ਮਸਾਲੇ ਐਡ ਕਰੇ ਆ ਵੈਸੇ ਚਲੋ ਬਸ ਇਹਨੂੰ ਬੋਲ ਕੇ ਬਸ ਰੱਖੋਗੇ ਫਿਰ ਅੰਮੀ ਜੀ ਨੂੰ ਪੁੱਛ ਲੈਂਦੇ। ਚਨੇ ਦਾਲ ਪਾ ਕੇ ਦੇਗਚੀ ਦੇ ਵਿੱਚ ਅਸੀਂ ਚੁੱਲ੍ਹੇ ਉੱਪਰ ਉਬਲਣ ਵਾਸਤੇ ਰੱਖ ਦਿੱਤੀ ਹੈ। ਪਾਣੀ ਵੀ ਪਾ ਰਿਹਾ ਹੁਣ ਨਾਲ ਨਾਲ ਅਸੀਂ ਨਮਕ ਵੀ ਪਾ ਦਾਂਗੇ। ਨਮਕ ਭਾਬੀ ਜੀ ਕਿਉਂ ਪਾਉਣਾ ਨਮਕੀਨ ਹੋ ਜਾਏ ਮਗਰ ਵੀ ਗੈਸ ਇਹੀ ਸੀ ਮੈਂ ਕਿਹਾ ਨਮਕ ਭਾਬੀ ਅਸੀਂ ਪਾਉਣ ਲੈਣੇ ਆ ਨਮਕ ਵਿੱਚ ਦੇ ਚਲੋ ਹੁਣ ਚਲੋ ਬਿਹਤਰ ਹੋ ਗਿਆ ਹੁਣ ਦਾਲ ਸਾਡੀ ਅੱਛੀ ਤਰ੍ਹਾਂ ਨਰਮ ਹੋ ਜਾਏ ਨਮਕ ਤੋਂ ਬਗੈਰ ਵੀ ਟੇਸਟ ਨਹੀਂ ਨਾ ਮਾਰਨਾ। ਹਾਂ ਜੀ ਤੇ ਉਦੋਂ ਤੱਕ ਅਸੀਂ ਦੂਸਰੀ ਚੀਜ਼ਾਂ ਤਿਆਰ ਕਰ ਲੈਂਦੇ ਹਾਂ। ਕਰੇਲੇ ਨੂੰ ਅਸੀਂ ਨਮਕ ਲਗਾ ਕੇ ਧੂਪ ਤੇ ਰੱਖਿਆ ਸੀ ਅਤੇ ਹੁਣ ਤਕਰੀਬਨ 2-2.5 ਘੰਟੇ ਪੈ ਰਹੇ ਅਤੇ ਹੁਣ ਭਾਬੀ ਨੂੰ ਧੋਣ ਲੱਗੇ ਧੋ ਕੇ ਦੁਬਾਰਾ ਧੁੱਪ 'ਤੇ ਰੱਖ ਦਾਂਗੇ ਕਿ ਨਮਕ ਨੂੰ ਮਿਕਸਾ ਖਤਮ ਹੋ ਜਾਏ। ਹਾਂਜੀ ਅਤੇ ਦਾਲ ਅਸੀਂ ਚੁੱਲ੍ਹੇ ਉੱਪਰ ਰੱਖੀ ਹੋਈ ਨਰਮ ਹੋਣ ਵਾਸਤੇ ਜਦੋਂ ਤੱਕ ਦਾਲ ਨਰਮ ਨਹੀਂ ਹੁੰਦੀ ਉਦੋਂ ਤੱਕ ਅਸੀਂ ਪਿਆਜ਼ ਸਬਜ਼ ਮਿਰਚਾਂ ਔਰ ਟਮਾਟਰ ਕੱਟ ਲੈਂਦੇ ਹਾਂ ਅਤੇ ਇਹਦਾ ਪੇਸਟ ਬਣਾ ਲੈਂਦੇ ਹਾਂ ਅਤੇ ਜਦੋਂ ਉਦੋਂ ਤੱਕ ਉਹ ਨਰਮ ਹੋ ਜਾਏਗੀ ਬਾਅਦ 'ਚ ਉਹਦੇ ਅਤਾਸ ਨੀਚੇ ਰੱਖ ਲਾਂਗੇ ਅਤੇ ਮਸਾਲੇ ਫਰਾਈ ਕਰ ਲਾਂਗੇ। ਅਤੇ ਭਾਬੀ ਜੀ ਹੁਣੀ ਇਹਦੀ ਮਿਰਚਾਂ ਕੱਟਣ ਦੀ ਮਸ਼ੀਨ ਆ ਇਹ 'ਚ ਹੀ ਭਾਬੀ ਜਿਹੜੇ ਪਿਆਜ਼ ਕੱਟ ਕੇ ਪਾ ਲਾਂਗੇ ਇਹ 'ਚ ਹੀ ਮਿਰਚਾਂ ਪਾ ਲਾਂਗੇ ਔਰ ਇਹ 'ਚ ਹੀ ਟਮਾਟਰ ਪਾ ਲਾਂਗੇ ਹਰ ਚੀਜ਼ ਦਾ ਇੱਥੇ ਪੇਸਟ ਬਣਾ ਲਾਂਗੇ ਇੱਦਾਂ ਨਹੀਂ ਭਾਬੀ ਜੀ। ਹਾਂਜੀ ਫਰਾਈ ਕਰਨ ਤੋਂ ਬਾਅਦ ਫਿਰ ਜਸਤੀ ਸਾਡੇ ਜਲਦੀ ਜਲਦੀ ਕਰੇਲੇ ਭਰ ਹੋ ਜਾਣਗੇ। ਵੈਸੇ ਅੱਜ ਮੈਂ ਕੀਤਾ ਤਾਂ ਭਾਬੀ ਹੁਣ ਤੰਗ ਹੀ ਆ ਭਾਬੀ ਔਰ ਭਾਬੀ 'ਚ ਕਰੇਲੇ ਭਰ ਕੇ ਪਾਉਣੇ ਬੜਾ ਚੱਲਦੇ ਲੇਕਿਨ ਮੈਂ ਜਦ ਨਹੀਂ ਛੋੜੀ ਹੈਗੀ ਮੈਂ ਕਿਹਾ ਵੀ ਮਕਾਮੀ ਕਰੇਲੇ ਰੱਖ ਕੇ ਲੈ ਕੇ ਆ ਖਾਲਸ ਦੇਸੀ ਕਰੇਲੇ ਅਤੇ ਤੁਸੀਂ ਇਹਨੂੰ ਭਰ ਕੇ ਬਤਾ ਦਿਓ ਮੈਨੂੰ ਕਿਉਂਕਿ ਮੈਂ ਆਪ ਇਸ ਮਾਰੇ ਖਾਲੀ ਸੀਗੀ ਵੀ ਘਰ ਕਰ ਲਈ ਲੇਕਿਨ ਕੰਮ ਪਕਾਈ ਦੇ ਕਿਉਂਕਿ ਇਹਦਾ ਕੰਮ ਵਾਹਵਾ ਸਾਰਾ ਹੋ ਜਾਂਦਾ ਕਿ ਅੰਮੀ ਔਰ ਭਾਬੀ ਜੀ ਬਸ ਲੱਗ ਦੇਣ ਵੀ ਲੱਗ ਨਹੀਂ ਲੱਗ ਰਹੀ ਸੀ ਕਹਿੰਦੇ ਵੀ ਅਸੀਂ ਕੱਟ ਕੇ ਬਣਾ ਲਈਏ ਮੈਂ ਕਹਿੰਦੀ ਅੱਜ ਤਾਂ ਥੋੜ੍ਹਾ ਪਿੱਛੇ ਰਹਿੰਦੀ ਹੈ। ਹਾਂਜੀ ਅਤੇ ਫਿਰ ਮੈਂ ਕਹਿੰਦੀ ਅੱਜ ਤੁਸੀਂ ਭਰ ਕੇ ਬਣਾਓ ਅਤੇ ਮੈਂ ਕੱਲ੍ਹ ਹੀ ਲੈਣ ਗਿਆ ਸੀ ਮੈਂ ਕਿਹਾ ਤਾਂ ਲੈ ਕੇ ਆਊਂਗਾ ਅਸੀਂ ਉਹਨੂੰ ਭਰ ਕੇ ਪਕਾ ਕੇ ਦੋ ਕਰੇਲੇ ਇੱਕ ਅਸਲ ਵਜ੍ਹਾ ਪਤਾ ਕੀ ਹੈ ਗਰਮੀ ਬਹੁਤ ਜ਼ਿਆਦਾ। ਹਾਂਜੀ ਕੋਈ ਨਹੀਂ ਭਾਬੀ ਗਰਮੀ ਕਿਉਂ ਲੋਕ ਗਰਮੀ ਕਿਉਂ ਕਿਉਂ ਕਰੇਲੇ ਭਰ ਕੇ ਪਕਾ ਖਾਂਦੇ ਕਰੇਲੇ ਭਰ ਕੇ ਪਕਾਏ ਖਾਣੇ ਦਾ ਮਤਲਬ ਕਰਦਾ ਤੁਸੀਂ ਕਿਹੜੇ ਖਾਣੇ ਤੋਂ ਮਦਦ ਕਰ ਲੈਗਾ ਚਲੋ ਭਾਬੀ ਇਹ ਮੈਂ ਤੁਹਾਨੂੰ ਕਰਕੇ ਆਇਆ ਮੈਮ ਠੀਕ ਮੈਂ ਕੱਲ੍ਹ ਮੇਰੇ ਤੋਂ ਮਿਰਚਾਂ ਕੀਤੀਆਂ ਮਾਲ ਬਸ ਮਸਾਲਾ ਬਣਾਇਆ ਸੀ ਮੈਂ ਤਾਂ ਐਵੇਂ ਟਰਾਈ ਭਰੇ ਸੀ ਮੈਂ ਹਿਬਾ ਔਰ ਮੋਇਜ਼ ਨੇ ਹਿਬਾ ਔਰ ਮੋਇਜ਼ ਮਿਰਚਾਂ ਉੱਪਰੋਂ ਪਾਈ ਕੇ ਤਾਂ ਮੈਂ ਨਹੀਂ ਖਰੀ ਗਿਆ ਮਸ਼ੀਨ ਨਾਲ ਅਸੀਂ ਪਿਆਜ਼ਾਂ ਦਾ ਪੇਸਟ ਬਣਾ ਲਿਆ ਸਬਜ਼ ਮਿਰਚ ਦਾ ਵੀ ਲੇਕਿਨ ਮੈਂ ਤਾਂ ਭਾਬੀ ਜੀ ਨੂੰ ਕਿਹਾ ਸੀ ਟਮਾਟਰ ਵੀ ਮੈਨੂੰ ਦੇ ਦਿਉ ਅਤੇ ਇਹਦਾ ਵੀ ਮੈਂ ਪੇਸਟ ਮਸ਼ੀਨ ਵਿੱਚ ਬਣਾ ਦਿੰਦਾ ਭਾਬੀ ਜੀ ਕਹਿੰਦੇ ਨਹੀਂ ਅਸਾਂ ਪੇਸਟ ਨਹੀਂ ਬਣਾਉਣਾ ਹੈਗਾ ਇਹ ਦੂਸਰੀ ਤਰ੍ਹਾਂ ਨਾ ਆਇਆ ਮੈਂ ਛੁਰੀ ਦੇ ਨਾਲ ਕੱਟਣਾ ਆ ਮੈਂ ਕਿਹਾ ਚਲੋ ਜੀ ਇਸ ਤਰ੍ਹਾਂ ਭਾਬੀ ਜਿਹੜਾ ਤਿਲਕਾ ਤਾਂ ਉਸ ਰਹੀ ਕਰ ਲਓ ਕੱਢਦਾ ਬੀਜ ਚਲੋ ਕੱਢ ਲਓ ਬੀਜ ਇਹਦੇ ਬੀਜ ਨਾਲ ਹੀ ਜਾਣ ਤੋਂ ਦੇਖੀ ਜਾਊਗਾ ਬੀਜਾਂ ਨੇ ਕੀ ਕਹਿਣਾ ਮਿਰਚਾਂ ਦੇ ਬੀਜ ਵੀ ਨਾਲ ਹੀ ਆ ਬਸ ਤੁਸੀਂ ਨਾਲ ਹੀ ਜਾਣ ਦਿਓ ਰਾਜੇ ਤੇ ਉਹ ਸਮਾਂ ਉਹ ਤਾਂ ਪੇਸਟ ਬਣਾ ਕੇ ਜੂਸ ਮਸ਼ੀਨ ਚ ਪਾਉਂਦੇ ਆ ਰਾਜੇ ਬਣਾਉਂਦੇ ਨਾ ਮਿਰਚਾਂ ਦਾ ਵੀ ਬਾਬੀ ਦਾਲ ਸੁਣਾਓ ਨਰਮ ਹੋ ਗਈ ਦਾਲ ਬਹੁਤ ਚੰਗੀ ਤਰ੍ਹਾਂ ਅੱਛੀ ਤਰ੍ਹਾਂ ਨਰਮ ਹੋ ਗਈ ਚੈੱਕ ਕਰਿਆ ਇਹ ਖਾਲ ਆਪਣੇ ਘਰ ਦੇ ਚਲੇ ਨੀ ਮਾਮੂ ਜੀ ਨੇ ਭੇਜੇ ਸੀ ਬਰੂਨੀ ਚਨੇ ਹੈ ਨਾ ਬਾਬੀ ਦਾਣਾ ਪਿਆ ਕੇ ਦਿਖਾਓ ਬਾਬੀ ਜੀ ਉਹਨਾਂ ਨੇ ਖੁਸ਼ਕ ਦਨੀਆ ਬਾਬੀ ਉਹਨਾਂ ਨੇ ਦਨੀਆ ਘੋਟ ਲਿਆ ਬਾਬੀ ਜੀ ਇਹਨੂੰ ਕਹਿੰਦੇ ਖੁਸ਼ਕ ਦਨੀਆ ਕਹਿੰਦੇ ਨਾ ਤੇ ਸਫੇਦ ਜ਼ੀਰਾ ਭਾਬੀ ਜੀ ਹੁਣ ਕੁੜੀ ਪਾਇਆ ਸੀ ਭਾਬੀ ਜੀ ਕੁੱਟ ਲੈਣੀ ਖਾਓ ਦੜਾ ਮਿਰਚ ਭਾਬੀ ਜੀ ਮੈਂ ਸ਼ਹਿਰ ਦਾ ਪਿਆਜ਼ ਭੇਜ ਗਿਆ ਦੱਸੀ ਦੱਸਿਆ ਨਹੀਂ ਉਹਨੂੰ ਕਹਿਣਾ ਸੀ ਮੈਂ ਅਤੇ ਦੇਖ ਜੀ ਅਸੀਂ ਘੀ ਪਾ ਲਿਆ ਅਤੇ ਹੁਣ ਅਸੀਂ ਮਸਾਲਾ ਬਣਾ ਲੈਂਦੇ ਹਾਂ
ਜਿਹੜਾ ਜਿਹੜੇ ਨਾਲ ਕਰੇਲੇ ਭਰਾਂਗੇ ਨਾ ਭਾਵੇਂ ਜੀ ਹਾਂਜੀ ਕਰੇਲਿਆਂ ਦੀ ਭਰਤੀ ਵਾਸਤੇ ਹਾਂਜੀ ਕਾਫੀ ਲੋਕ ਤਾਂ ਵੈਸੇ ਕੱਚਾ ਵੀ ਪਾ ਲੈਂਦੇ ਆ ਬੇਸਨ ਵੀ ਪਾ ਲੈਂਦੇ ਆ ਲੇਕਿਨ मिर्च अच्छी तरह बनाई करांगे फिर पा लेंगे पाउडर मसाले फिर पा लेंगे दाल फिर अच्छी तरह फ्राई करने बाद दाल साड़ी अच्छी तरह पागे जो तक मेरा दस आया उस तो बाद फिर अस नीचे उतार के करेले जेड़े असी भर के फिर करेले फ्राई करांगे घी दे विच ना भाभी जी क्योंकि मैं थोड़ा जहां टुक का ना पता है मैनू एक गलती सड़क हुई असि ना प्याज लैदा रखने से टमाटर लैदा मिर्चा लैदा लेकिन मशीन जिन्हें पेस्ट बनाया ना फिर एक जगह जी पाले हम इन्हू कठिया फ्राई कर ला कठे फ्राई कर लो देख जी फिर भी फ्राई करना से एक मिनट मतलब दो का फर्क पै जाता है पोटर मसाले पा लेने सुरख मिर्च जीरा और हल्दी पाउडर सफेद नमक और खुश्क धनिया अच्छी तरह मिक्स कर लेना हल्का पाएंगे छीटा लगा के मसाले पा लिया पाउडर मसाले अच्छी तरह बनाई कर लें बनाई करने तो बाद फिर जो दाल बोल करके रखी है वो भी दाल पा के उसकी बनाई करते हैं साडा अच्छी तरह बनाई हो गई तो हम अभी दाल उबोल करके रखी है दाल साड़ी बिल्कुल नरम हो गई है तो भी दाल पा लें दाल भी अच्छी तरह बनाई कर लें उस तो बाद दाल साड़ी जो थोड़ी जी ठंडी होगी तो करेले भर लेंगे करेले भर के मसाला साडा बिल्कुल तैयार हो गया हम देख चीज बाहर निकाल के इसमें इस तसले पा लेंगे ठंडा हो जाए तो फिर करेले भरेंगे मसाला भी सारा पूरा आ जाएगा बिल्कुल अच्छा भी इस तरह हम असि करेले भर लाँगे तो दाल साड़ी हो गई ठंडी तो उपर बना के धागा अम्मी जी लियो धागा और कैंची भी वाली इन्होंने बल लीजिए हाँ जी बहुत मस मस उपर दब दे तो हाँ जी फिर बाहर निकल जाती फिर नहीं सुनने लग जाए इस तरह बस ठीक है बड़े वाल नहीं छोटे वाल मारो पे गट लगाओ ना इस तरह धागा खोल रहा जो फ्राई करने वास्ते पाया ना कड़ाई च ये पहले धागा खोल जाना है दाल करेले जी पाई ना ये सारी बाहर आ जानी है ऊपर ਤੁਸੀਂ ਕਿਹਾ ਨਾ ਤਰਾ ਧਾਗਾ ਇੱਥੇ ਲਿਆ ਧਾਗਾ ਇਹਦਾ ਕਰ ਕਰ ਤੋਂ ਉੱਤੋਂ ਨਹੀਂ ਬਣ ਲੱਗਣਾ ਧਾਗਾ ਇਧਰਲੀ ਸਾਈਡ ਨੂੰ ਕਰ ਲੈਣਾ ਕਿੱਧਰੋਂ ਬਣ ਲੱਗਣਾ ਪਿੱਛੇ ਸਾਈਡ ਫਿਰ ਕਰ ਲਓ ਇਹਦਾ ਧਾਗਾ ਕਰ ਲੈਣਾ ਥੋੜਾ ਜਿਹਾ ਸਿਰ ਥੱਲੇ ਦੇ ਲਈਦਾ ਇਹਦਾ ਉੱਤੋਂ ਦੀ ਬਲਦੀ ਜਾਂਦਾ ਤੇ ਜ਼ਿਆਦਾ ਵੀ ਨਾ ਬੜੇ ਹੋ ਕੇ ਤੇ ਇਹਨਾਂ ਬੰਦੇ ਭੁੱਖ ਲੱਗੀ ਹੋਵੇ ਤਾਂ 15 ਮਿੰਟ ਆਈ ਤੱਕ ਫਿਰ ਤੋਂ ਲੱਗਣਾ ਮਾਮਾ ਬੈਠ ਕੇ ਤੁਸੀਂ ਬੜਾ ਲੱਗ ਜਾ मैं समझ सब अभी कैसे ना ये तरह नागवाल पालो ना का चल ठीक है तू पाल बस मैं तेरा सीन पालनी है अच्छा भाई करेले भाभी जी दे पूरे सोच समझ नहीं है कि किस तरह धागा बलना होना मुझे ना शुरू हो गए तो मैं आख्या भाई मैंने को धागे बल दा अगर तुम कहो तो करेले भर दो मैं भर दिना मैं सीन भी पाने तो मैं अगर मेहनत लगाया तो भाभी जी यही गल समझ किस तरह करना दूसरा धागा बलना लागे लागे नहीं गया जी सारे मौक गए मतलब दो पीस रहते धागा बलने वाले छोटे दो पीस नहीं जी मेरा कोई नहीं होगा मैं कोई नहीं मोहित साहब नहा रहे मोहित साहब कमीज लाए आए कमीज तारीफ नहाँ आए मोहित साहब चलो कपड़े पाओ करेलियां मुकम्मल भर के उपर धागे बल ले तो भाभी जी उन्होंने चुले उपर कढ़ाई रख लिया घी पा लिया घी साड़ा अच्छी तरह गर्म हो जाए तो फिर करेले असी फ्राई कर लेंगे घी च तो घी साड़ा अच्छी तरह गर्म हो गया है
ਤੇ ਹੁਣ ਅਸੀਂ ਵਿੱਚ ਕਰੇਲੇ ਪਾ ਕੇ ਕਰੇਲੇ ਫਰਾਈ ਕਰਨੇ ਸ਼ੁਰੂ ਕਰਦੇ ਹਾਂ। ਸਬਜ਼ੀ ਪਾਓ ਤੇ ਕਰੇਲਾ ਦੇਖੀ ਕੀ ਬਣਦਾ ਜੇ। ਮੇਰਾ ਵੀਰ ਮੈਂ ਤੁਹਾਨੂੰ ਕਿਹਾ ਸੀ ਤੁਸੀਂ ਕੀ ਕੰਮ ਪਾਇਆ, ਦੇਖੋ ਕਰੇਲਾ ਫਾਰਾ ਨਹੀਂ ਵਿੱਚ ਡੁੱਬਿਆ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੀ ਕੜਾਈ ਦਾ ਨਾ ਥੱਲਾ ਕਾਫੀ ਚੌੜਾ ਜੇ ਅਤੇ ਨਾ ਕੀ ਤੁਸੀਂ ਕੰਮ ਪਾਇਆ ਜੇ। ਇਹ ਛੋਟਾ ਕਰੇਲਾ ਵਿੱਚ ਫਰਾਈ ਹੋਏਗਾ, ਜਿਹੜਾ ਸਭ ਤੋਂ ਬੜਾ ਕਰੇਲਾ ਦਾ ਉਹ ਤਾਂ ਅਧੂਰਾ ਰਹਿ ਜਾਣਾ ਵਿੱਚ। ਛੋਟੇ ਛੋਟੇ ਪਾ ਲਓ ਜਾਂ ਵੀ ਹੋਰ ਪਾ ਲਓ, ਛੋਟਾ ਵੀ ਪੂਰਾ ਨਹੀਂ ਡੁੱਬਿਆ ਜੀ। ਕਰਦਾ ਨੀ ਹੈ ਤਜਰਬਾ ਬੜਾ ਹੈ ਹਲਾਈ ਰੱਖੋ ਚੀਜ਼ ਸਾਰੇ ਚੰਦਾ ਬਰਾਬਰ ਪੱਕ ਜਾਣ। ਮੈਨੂੰ ਬਰਬਾਦੀ ਜੀ ਲੱਗਦੇ ਕਿ ਕਰੇਲੇ ਸਾਡੇ ਫਰਾਈ ਹੋ ਗਏ ਆ, ਅਤੇ ਮੈਂ ਬਰਬਾਦੀ ਜੀ ਨੂੰ ਕਿਹਾ ਕਿ ਕਰੇਲੇ ਬਾਹਰ ਨਿਕਾਲ। ਬਰਬਾਦੀ ਜੀ ਕਹਿ ਰਹੇ ਕਿ ਤੁਸੀਂ ਫਾਰਮ ਜਿਹੜਾ ਚੈੱਕ ਕਰਾ ਲਈਏ, ਤੁਸੀਂ ਕੱਚੇ ਦਾ ਰਹਿ ਗਏ ਹੁਣ। ਮੈਂ ਤਾਂ ਕਿਹਾ ਬਰਬਾਦੀ ਜੀ ਹੋ ਗਏ ਆ, ਤੁਸੀਂ ਮੈਂ ਬਾਹਰ ਨਿਕਾਲ ਲਓ। ਅੰਮ੍ਰਿਤ ਜੀ ਕਰੇਲੇ ਦੇਖ ਹੋਣੇ ਗਏ ਫਰਾਈ? ਹਾਂ, ਜਿਹੜਾ ਪਹਿਲਾਂ ਪੈਸੇ ਸੀ ਪਹਿਲਾਂ ਕਰ ਲਏ, ਜਿਹੜਾ ਬਾਅਦ 'ਚ ਪੈਸੇ ਬਾਅਦ 'ਚ ਕਰਿਓ। ਹਾਂਜੀ, ਇਹ ਗੋਲਡਨ ਬਰਾਊਨ ਹੋ ਗਿਆ, ਤੁਸੀਂ ਬਾਹਰ ਨਿਕਾਲ ਲਓ। ਜ਼ਬਰਦਸਤ ਲੱਗਿਆ। ਹੁਣ ਰੋਟੀ ਬਣ ਗਈ ਤਾਂ ਫਿਰ ਐਂਡ 'ਤੇ ਪਤਾ ਲੱਗੇਗਾ। ਮੈਨੂੰ ਤਾਂ ਲੱਗਦਾ ਬਹੁਤ ਪਿਆਰੇ ਬਣਨਗੇ, ਕਿਉਂਕਿ ਅਸੀਂ ਮਸਾਲਾ ਬਹੁਤ ਪਿਆਰਾ ਬਣਾਇਆ ਹੋਇਆ। ਅੰਮੀ ਜੀ, ਹੁਣ ਜਦੋਂ ਮੈਂ ਤੁਹਾਨੂੰ ਤਾਰਾ ਕਰੇਲੇ ਆਇਆ, ਤੁਹਾਨੂੰ ਤਾਰਾ ਭਰ ਕੇ ਬਣਾ ਕੇ ਦਿਓ। ਭਾਬੀ ਜੀ ਬਈ, ਤੁਸੀਂ ਅਗਰ ਮੈਨੂੰ ਨਹੀਂ ਬਣਾ ਕੇ ਦਿੱਤੇ ਨਾ, ਮੈਂ ਕਿਤੇ ਚਲੇ ਜਾਣਾ, ਫਿਰ ਮੈਂ ਕਿਤੋਂ ਖਾ ਕੇ ਜਾਣਾ ਕਰਨਾ ਤੁਹਾਨੂੰ। ਹਾਂਜੀ, ਇਹ ਸ਼ਹਿਰ ਵਾਲੇ ਹੋਟਲ ਤੋਂ ਮਿਲਦੇ ਆ ਭਰੇ ਭਰਾਏ ਕਰੇਲੇ ਭਰੇ ਬਣਾਏ? ਮੈਂ ਤਾਂ ਅੱਜ ਤੱਕ ਕਿਸੇ ਹੋਟਲ 'ਚ ਦੇਖੇ ਨਹੀਂ ਹੈਗੇ। ਅਗਰ ਕਿਤੇ ਹੋਟਲ ਤੋਂ ਮਿਲ ਜਾਣ, ਮੈਂ ਤਾਂ ਹੋਟਲ 'ਚ ਜਾ ਖਾ ਜਾਣਾ ਕਰਨਾ। ਫਿਰ ਅਗਰ ਕਿੱਦਾਂ ਨਾ ਮਿਲੇ ਨਾ, ਫਿਰ ਮੈਂ ਆਪਣੀ ਉਸਮਾ ਮਸਲਾ ਜਿਹੜਾ ਕਰਾਂ ਤਾਂ ਆਪਣੇ ਮੈਂ ਰਾਹ ਖਾ ਜਾਣਾ ਕਰਨਾ ਜਾ ਕੇ। ਅਤੇ ਕਰੇਲੇ ਸਾਡੇ ਮੁਕੰਮਲ ਫਰਾਈ ਹੋ ਗਏ ਆ, ਅਤੇ ਬੜਾ ਵਾਲਾ ਕਰੇਲਾ ਜਿਹੜਾ ਸੀ ਇਹ ਥੋੜ੍ਹਾ ਜਿਹਾ ਜ਼ਿਆਦਾ ਫਰਾਈ ਹੋ ਗਏ, ਜਾਂ ਮੈਨੂੰ ਲੱਗਦਾ ਆ ਭੁੱਖ ਲੱਗੀ ਆ। ਉਹ ਤਾਂ ਕਰੇਲੇ ਫਰਾਈ ਹੋ ਗਏ ਆ, ਅਤੇ ਹੁਣ ਰੋਟੀ ਬਣ ਜਾਂਦੀ ਵੀ ਆਪਾਂ ਖਾਂਦੇ ਹਾਂ ਰੋਟੀ।